ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਵਾਂ ਗਰਿਆ ਸਾਹਿਬ ਜੀ ਦਾ, ਕਿਉਂਕਿ ਬਾਹਲੇ ਸੱਚ ਬੋਲਦੇ ਆ, ਮੇਰੇ ਤੋਂ ਵੀ ਵੱਧ ਕੱਬੇ ਆ, ਕਿਉਂਕਿ ਇਹਨਾਂ ਨੂੰ ਦੇਖ ਦੇਖ ਕੇ ਹੀ ਮੈਂ ਸਿੱਖਿਆ ਵਾ ਕਰਾਂ, ਕਿਉਂਕਿ ਸਾਨੂੰ ਅਸੀਂ ਤਾਂ ਤਜਰਬਾ ਮੇਰਾ ਬਹੁਤ ਘੱਟ ਆ ਕਰਾਂ, ਕਿਉਂਕਿ ਗਰਿਆਲ ਸਾਹਿਬ ਜਿਹੜੇ ਹੈਗੇ ਆ ਆਸਮਾਨ ਨੇ, ਮੈਂ ਜ਼ਮੀਨ ਆ ਕਰਾਂ, ਤੇ ਕਹਿਣ ਦਾ ਭਾਵ ਸੱਚ ਬੜਾ ਚੁਭਦਾ ਹੁੰਦਾ ਵਾ। ਅੱਜ ਬੜੀ ਮਨ ਨੂੰ ਖੁਸ਼ੀ ਮਿਲ ਰਹੀ ਆ ਵੀ ਮੈਂ ਹੁਣ 12 ਸਾਲਾਂ ਬਾਅਦ ਮੈਂ ਸਹੀ ਟਿਕਾਣੇ 'ਤੇ ਪਹੁੰਚਾ ਵਾ ਕਰਾਂ, ਕਿਉਂਕਿ ਇੱਕ ਟਿਕਾਣਾ ਲੱਭਦੇ ਨੂੰ ਕਈ ਵਾਰ ਸਾਡੇ ਹਲਕੇ ਦੇ ਵਿਚੋਲੇ ਵਿਚੋਲੇ ਢਿੱਲੇ ਸੀਗੇ, ਕਿਰਾ ਜਿਹੜੇ ਅੱਜ ਤੱਕ ਟਿਕਟੂ ਬਾਣੀਆਂ ਉਹਨਾਂ ਨੂੰ ਦਿਖਿਆ ਨਹੀਂ, ਕਿਰਾ ਤਾਂ ਵਿਚੋਲਿਆਂ ਦੀ ਵੀ ਗੱਲ ਕਰਾਂਗੇ ਕਿਰਾ। ਵੈਸੇ ਨਾ ਅੱਜ ਕੱਲ੍ਹ ਇੱਕ ਬੜੀ ਮਨ ਨੂੰ ਠੇਸ ਪਹੁੰਚਦੀ ਆ ਵੀ BJP ਨੂੰ ਕਈ ਲੋਕ ਕਿਸਾਨਾਂ ਦੇ ਪ੍ਰਤੀ ਜ਼ਹਿਰ ਭਰ ਰਹੇ ਨੇ, ਕਿਰਾ ਉਹ ਕਹਿ ਸੋਚ ਕਿਸਾਨ ਵਿਰੋਧ ਦੀ ਪਾਰਟੀ ਆ BJP, ਜਿਹੜੇ ਸਾਡੇ ਲੀਡਰਾਂ ਦੇ ਹੈਗੇ ਆ ਉਹ ਉਹਨਾਂ ਦੀ ਆਹ ਵਿਚਾਰਧਾਰਾ ਦਿਨੋਂ ਦਿਨ ਬਣਾਈ ਜਾ ਰਹੀ ਆ। ਹੁਣ ਜਿਵੇਂ ਆਪਾਂ ਮੰਨ ਲਓ ਕੰਗਨਾ ਵਾ ਸਾਡੀ MP ਆ, ਉਹਨਾਂ ਦੀ ਫਿਲਮ ਹਜੇ ਆਈ ਨਹੀਂ, ਰਿਲੀਜ਼ ਹੋਈ ਨਹੀਂ, ਅਤੇ ਉਹਦੇ ਵਿਰੋਧ ਹੋਣ ਲੱਗ ਗਿਆ, ਝੰਡੇ ਲੈ ਲੈ ਕੇ ਕਈ ਆ ਜਾਂਦੇ ਨੇ ਬੇਨਕਾਬ ਜੇ, ਪਰ ਬੁੱਢਾ ਨਾਲ ਆਏ ਨੂੰ 20 ਸਾਲ ਹੋ ਗਏ, ਪਰ ਹਜੇ ਤੱਕ ਝੰਡੇ ਲੈ ਕੇ ਉੱਥੇ ਕੋਈ ਨਹੀਂ ਪਹੁੰਚਿਆ। ਚਿੱਟੇ ਨਾਲ ਨੌਜਵਾਨ ਰੋਜ਼ ਮਰਦੇ ਨੇ ਕਿਰਾ, ਹਾਂ ਅਸੀਂ ਫਿਲਮਾਂ ਦਾ ਵਿਰੋਧ ਕਰ ਸਕਦੇ ਹਾਂ ਜਿਹੜੀ ਹਜੇ ਸੈਂਸਰ ਤੱਕ ਨਹੀਂ ਹੋਈ, ਕਿਰਾ ਚਿੱਟੇ ਨਾਲ ਨੌਜਵਾਨ ਮਰਦੇ, ਕੁੜੀਆਂ ਮਰ ਰਹੀਆਂ ਨੇ ਕਿਰਾ, ਉਹਦੇ ਵਾਸਤੇ ਯਾਨੀ ਕਹਿਣ ਦਾ ਭਾਵ ਕੋਈ ਝੰਡੇ ਲੈ ਕੇ ਨਹੀਂ ਆ ਰਿਹਾ ਇੱਥੇ ਸਾਰਾ ਕੰਮ ਆਵਾ ਤਵਾ ਹੋਇਆ ਪਿਆ ਵਾ। ਚੌਥੇ ਦਿਨ ਇੱਥੇ ਭਗਵੰਤ ਮਾਨ ਜੀ ਮੰਤਰੀ ਬਦਲ ਦਿੰਦੇ ਆ, ਉਹ ਮੰਤਰੀ ਬਦਲਣ ਦਾ ਵੀ ਕਾਰਨ ਕੋਈ ਲੋਕਾਂ ਵਾਸਤੇ ਨਹੀਂ ਆ, ਉਹ ਕਹਿੰਦੇ ਵੀ ਜਿੰਨੇ ਵੀ MLA ਬਣਨੇ ਵੇ ਸਾਰਿਆਂ ਨੂੰ ਮੰਤਰੀ ਬਣਾ ਬਣਾ ਕੇ ਝੂੜੇ ਦਵਾਉਣੇ, ਵੱਡੀ ਗੱਡੀ 'ਚ ਝੂੜੇ ਦਵਾਉਣੇ ਆ, ਉਸ ਤੋਂ ਬਾਅਦ ਇਹਨਾਂ ਦੇ ਪੱਤੇ ਵਧਾਉਣੇ ਆ, ਇਹਨਾਂ ਦੀ ਤਨਖਾਹਾਂ ਵਧਾਉਣੀਆਂ ਨੇ, ਆਹੀ ਇਹਨਾਂ ਦਾ ਮੋਟਿਵ ਆ ਇਹਨਾਂ ਦਾ। ਤੀਜੇ ਕੁ ਦਿਨ ਭਗਵੰਤ ਮਾਨ ਜੀ ਕਹਿੰਦਾ ਸਾਡੀ ਬਿੱਲੀ ਸਾਨੂੰ ਵੀ ਮਿਆਉ, ਆਹ ਕਹਾਵਤ ਤੁਸੀਂ ਸੁਣੀ ਹੋਣੀ ਆ। ਭਗਵੰਤ ਮਾਨ ਤੀਜੇ ਦਿਨ ਚਲੇ ਜਾਂਦੇ ਉੱਥੇ ਪੱਲਾ ਅੜ ਕੇ, ਕਹਿ ਦਿੰਦੇ ਨੇ ਕਰਜ਼ਾ ਵਧਾਓ ਜੀ, ਪੰਜਾਬ ਦਾ ਕਰਜ਼ਾ ਹੋਰ ਵਧਾਓ, ਸਾਨੂੰ ਕਰਜ਼ੇ ਦੀ ਲੋੜ ਆ। ਕਦੇ ਨਹੀਂ ਕਹਿੰਦੇ ਵੀ ਇੱਥੇ ਹਸਪਤਾਲ ਬਣਾ ਦਈਏ ਜੀ ਆਪਾਂ, ਕਿਉਂਕਿ ਦੇਖੋ ਜੀ ਕੇਂਦਰ ਦੀ ਸਰਕਾਰ ਕਿੰਨੇ ਫੰਡ ਦੇ ਰਹੀ ਆ, ਉਹ ਤਾਂ ਫੰਡ ਦੇ ਸਕਦੀ ਆ, ਲਾਉਣੇ ਤਾਂ ਇਹਨਾਂ ਨੇ, ਆ ਸਾਰੇ ਖਾਈ ਜਾਂਦੇ ਆ, ਰਾਸ਼ਨ ਕਾਰਡ ਇਹਨਾਂ ਨੇ ਕੱਟ ਤੇ ਕਰਾਂ ਸਾਰੇ। ਮੈਂ ਗਰਿਆਲ ਸਾਹਿਬ ਜੀ ਦਾ ਧੰਨਵਾਦ ਕਰਦਾ ਵਾਂ, ਵਿੱਕੀ ਚੌਧਰੀ ਦਾ ਧੰਨਵਾਦ ਕਰਦਾ ਵਾਂ ਜਿਹੜੇ ਵਿਚੋਲੇ ਦਾ ਰੋਲ ਅਦਾ ਕੀਤਾ, ਅਤੇ ਆਪਣੇ ਵਿਜੇ ਜੈਨ ਦਾ ਕਰਦਾ ਵਾਂ। ਸਭ ਤੋਂ ਵਧੀਆ ਗੱਲ ਮੈਨੂੰ ਮੇਜਰ ਭਾਜੀ ਗੇਤਾਲ ਸਾਡੇ ਇਲਾਕੇ ਦੇ ਨਿਗਰਾਂ, ਇਹਨਾਂ 'ਚ ਬਲ ਫੇਰ ਹੈ ਨਹੀਂ, ਬਲ ਫੇਰ ਵਾਲਾ ਬੰਦਾ ਮੇਰੇ ਨਾਲ ਚੱਲਦਾ ਹੀ ਨਹੀਂ ਸੀਗਾ, ਕਹਿੰਦਾ ਬਹੁਤ। ਹਾਂਜੀ, ਪਹਿਲਾਂ ਜੀ ਪਾਰਟੀ ਮੈਂ ਜੀ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਸੀਗਾ, ਅਤੇ ਹੁਣ ਛੱਡਣ ਦਾ ਤੁਸੀਂ ਕਾਰਨ ਪੁੱਛੋਗੇ ਮੈਨੂੰ ਪਤਾ ਹੀ ਹੈ, ਮੈਨੂੰ ਪਤਾ ਵਾ ਵੀ ਤੁਸੀਂ ਵੀ ਬੱਤੀਆਂ ਵੱਟ ਵੱਟ ਕੇ ਅੱਗੇ ਅੱਗੇ, ਹਾਂ ਗੱਲ ਤੁਸੀਂ ਮੈਨੂੰ ਪਤਾ ਹੋਰ ਕੀ ਤੋਰਨੀ, ਮੈਨੂੰ ਪਤਾ ਹੀ ਆ। ਹੁਣ ਪਾਰਟੀ ਦਾ ਮਤਲਬ ਕੀ ਹੁੰਦਾ ਵਾ, ਵਿਰੋਧੀ ਪਾਰਟੀ ਦਾ ਮਤਲਬ ਹੁੰਦਾ ਵਾ ਮੁੱਜਾਂ ਨੂੰ ਚੱਕਣਾ, ਸਰਕਾਰ ਨੂੰ ਜਗਾਉਣਾ। ਆਹ ਅਕਾਲੀ ਕੀ ਕਰ ਰਹੇ ਆ, ਫਲਾਨੀ ਬੀਬੀ ਹਟਾ ਦੀ ਘਰ ਵਾਪਸੀ, ਫਲਾਨੀ ਹਟ ਗਈ ਘਰ ਵਾਪਸੀ, 3 ਸਾਲਾਂ ਤੋਂ ਆਹੀ ਹੋ ਰਿਹਾ ਵਾ। ਇਹਨਾਂ ਕੋਲ ਤਾਂ ਵੱਡੇ ਵੱਡੇ ਗਨਮੈਨ ਹੈਗੇ ਆ, ਸਾਡੇ ਕੋਲ ਕੋਈ ਗਨਮੈਨ ਹੈ ਨਹੀਂ, ਇਹ ਤਾਂ ਆਮ ਘਰਾਂ ਵਿੱਚ ਜਾਂਦੇ ਆ, ਸਾਨੂੰ ਲੋਕ ਸਾਡੇ ਨਾਲ ਕੁੱਤੇ ਖਾਣੀ ਕਰਦੇ ਆ, ਉਹੀ ਗੱਲ ਬਾਤ ਆ ਜਾਂਦੀ। ਦੇਖੋ ਜੀ ਇਕੱਲੀ MLA ਦੀ ਸੋਚ ਨਾਲ ਨਹੀਂ ਆਪਾਂ ਚੱਲ ਸਕਦੇ, ਆਪਾਂ ਪਾਰਟੀ ਜੁਆਇਨ ਆਪਾਂ ਕਰਨੀ ਹੈ। ਹੁਣ ਆਪਾਂ MLA ਸਾਹਿਬ ਕੋਈ ਗੱਲ ਨਹੀਂ ਆ, ਆਪਣਾ ਕੰਮ ਕਰੀ ਜਾਂਦੇ ਨੇ ਉੱਥੇ, ਕੋਈ ਗੱਲ ਨਹੀਂ, ਜਿਵੇਂ ਵੀ ਹੈਗਾ ਵਾ। ਮੈਂ ਇੱਕ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਵਾਂ ਵੀ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਸੀਗੀ, ਬੜੀ ਹਾਲਤ ਉਹਨਾਂ ਦੀ ਖਸਤਾ ਸੀਗੀ, ਮੈਂ ਆਪਦੇ ਯਤਨਾਂ ਸਦਕੇ ਕਰਾਂ ਆਪਣਾ ਮੈਂ ਯੋਗਦਾਨ ਪਾਇਆ, ਇਹਨਾਂ ਨੂੰ ਇੱਕ MLA ਮੈਂ ਬਣਾਉਣ ਵਿੱਚ ਮੇਰਾ ਯੋਗਦਾਨ ਸੀਗਾ, ਮੈਨੂੰ ਕੋਈ ਗੁੱਸਾ ਗਿੱਲਾ ਨਹੀਂ ਆ। ਮੈਂ 2 ਸਾਲ ਪਾਰਟੀ ਦੇ ਵਿੱਚ ਰਿਹਾ ਵਾਂ, ਮੈਂ ਪਾਰਟੀ ਛਵੀ ਨੂੰ ਖਰਾਬ ਨਹੀਂ ਕੀਤਾ, ਹੁਣ ਵੀ ਮੈਂ
ਗਰੇਵਾਲ ਸਾਹਿਬ ਨੂੰ ਬੇਨਤੀ ਕਰ ਰਹਾ ਵਾਂ ਵੀ ਜੇ ਅਸੀਂ ਕੋਈ ਗਲਤੀ ਕਰਿਓ ਕਰਦੇ ਹਾਂ ਸਾਡੇ ਕਾਨੇ ਜ਼ਰੂਰ ਖਿੱਚਣੇ ਆ, ਕਿਉਂਕਿ ਇਹਨਾਂ ਨੂੰ ਤਜਰਬਾ ਹੈ, ਸਾਨੂੰ ਤਜਰਬਾ ਹੈ ਨਹੀਂ ਗਾ। ਅੱਜ ਸਾਨੂੰ ਘੂਰਨਗੇ, ਅਸੀਂ ਯਾਨੀ ਕਹਿਣ ਦਾ ਭਾਵ ਜੇ ਸਾਡੇ ਗਲਤੀ ਦੇ ਗਰਿਆ ਸਾਹਿਬ ਤੁਸੀਂ ਹੱਲਾ ਸਿਰ ਦੇਣ ਲੱਗ ਗਏ, ਫਿਰ ਕੱਲ੍ਹ ਨੂੰ ਅਸੀਂ ਵੀ ਫਿਰ ਡਾਕਟਰ ਮਾਰਾਂਗੇ, ਚੋਰ ਚੋਰੀ ਕਰਾਂਗੇ। ਤੁਸੀਂ ਅਕਾਲੀ ਦਲ ਦਾ ਜ਼ਿਕਰ ਕਰਤਾ, ਰਵਨੀਤ ਬਿੱਟੂ ਭਾਜਪਾ ਦੇ ਵਿੱਚ ਨੇ, ਤੁਸੀਂ ਅਕਸਰ ਕਹਿੰਦੇ ਸੀ ਰਵਨੀਤ ਬਿੱਟੂ ਦਾ ਮੈਂ ਅਕਸਰ ਵਿਰੋਧ ਕਰਦਾ ਰਹਾਂਗਾ, ਹੁਣ ਰਵਨੀਤ ਬਿੱਟੂ ਦੇ ਨਾਲ ਨੇ ਟਿੱਡੂ ਬਾਣੀਆਂ ਦਾ ਵਿਰੋਧ ਕਰਦਾ। ਦੇਖੋ ਜੀ, ਹੁਣ ਤਾਂ ਤੁਸੀਂ ਬੱਤੀਆਂ ਬਣਾ ਬਣਾ ਕੇ ਹੋਰ ਹੀ ਮੂੰਹ ਚ ਪਾਉਣ ਲੱਗ ਗਏ, ਬਾਅਦ ਚ ਲੈ ਲਿਓ। ਅੱਜ ਆ ਇੱਥੇ ਤੱਕ ਸੀਮਤ ਰੱਖੋ। ਦੇਖੋ ਜੀ ਰਵਨੀਤ, ਦੇਖੋ ਜੀ ਤੁਸੀਂ ਗਰੇਵਾਲ ਸਾਹਿਬ ਦੇ ਕਹੇ ਤੇ ਤੁਸੀਂ ਕਿਹਾ ਜੁਆਇਨ ਕਰ ਲਿਆ, ਉਹ ਸਾਨੂੰ ਸਿਖਾਉਣਗੇ, ਪਰ ਰਵਨੀਤ ਬਿੱਟੂ ਵੀ ਬੀਜੇਪੀ ਦੇ ਲੀਡਰ ਨੇ ਕਿ ਉਹਨਾਂ ਨਾਲ ਆਈਡੋਲੋਜੀ। ਦੇਖੋ ਜੀ ਗਰੇਵਾਲ ਸਾਹਿਬ ਵੀ ਕਹਿੰਦੇ ਸੀਗੇ ਜਿਹੜਾ ਬੰਦਾ ਬੀਜੇਪੀ ਦੀ ਸੋਚ ਚ ਆ ਗਿਆ ਉਹ ਸਾਡਾ ਹੀ ਆ ਜੀ। ਹੁਣ ਕਈ ਵਾਰ ਬੱਚਾ ਨਹੀਂ ਕੋਈ ਬਿੱਟੂ ਭਾਜੀ ਕੋਈ ਗੱਲ ਸੁਣ, ਮੇਰਾ ਵੱਡਾ ਭਰਾ ਵਾ ਪਹਿਲਾਂ ਵੀ ਆ, ਤੁਹਾਨੂੰ ਪਤਾ ਵੀ ਸਭ ਤੋਂ ਵੱਧ ਮੈਂ ਧਰਨੇ ਲਾਏ ਆ, ਉਹਨਾਂ ਦੇ ਖਿਲਾਫ਼ ਮੈਂ ਚੋਣਾਂ ਲੜੀਆਂ ਨੇ ਅਤੇ ਮੈਂ ਭਾਂਡੇ ਸਾਰੇ ਵੇਚਤੇ ਰਵਨੀਤ ਬਿੱਟੂ ਦੇ, ਚੋਣ ਲੜਦੇ ਲੜਦੇ ਮੈਂ ਭਾਂਡੇ ਸਾਰੇ। ਪੈਸਿਆਂ ਦਾ ਵੀ ਜ਼ਿਕਰ ਕੀਤਾ ਸੀ, ਗਿਆ ਸੀ ਬੁੱਢੇ ਨਾਲੇ ਦੇ ਪੈਸੇ ਜਿਹੜੇ ਆ, ਬੁੱਢੇ ਨਾਲ ਉਹ ਤਾਂ ਗੱਲ ਹੋਈ ਸੀ ਬਾਅਦ ਚ ਦੱਸਦਾਂਗੇ, ਹੁਣ ਕੱਲ ਨੂੰ ਸਾਰੇ ਬੋਲ ਇੱਥੇ ਖੁੱਲ ਜਾਣਾ। ਤੂੰ ਤਾਂ ਇਹ ਕਹਿੰਦਾ ਵੀ ਅੱਜ ਹੀ ਪਾਰਟੀ ਜੁਆਇਨ ਕਰਾਓ ਤੇ ਅੱਜ ਹੀ ਟਿੱਡੂ ਬਾਣੀ ਨੂੰ ਬਾਹਰ ਕਢਾਓ, ਤੁਹਾਡੇ ਦਾ ਇਹ ਮਕਸਦ ਬਣਿਆ ਹੋਇਆ ਵਾ, ਇਹਦਾ ਹਿਸਾਬ ਦਾ ਵੀ ਆਪਾਂ ਕਰ ਲਾਂਗੇ। ਪੈਸੇ ਤਾਂ ਜਿਹੜੇ ਪਹਿਲਾਂ ਵੀ ਆਏ ਆ, ਕੇਂਦਰ ਵੱਲੋਂ ਵੀ ਆ ਰਹੇ ਆ ਜੀ, ਆਪਣੇ ਭਗਵੰਤ ਮਾਨ ਦੇ ਯਾਨੀ ਕੋਲ ਦਾ ਕੁਛ ਵੀ ਹੈ ਨਹੀਂ ਕਿਹਾ। ਆਹ ਤਾਂ ਇੱਕ ਕਿਸਮ ਦਾ ਸਾਡੇ ਨਾਲ ਡਰਾਮਾ ਹੋ ਗਿਆ ਵਾ ਲੋਕਾਂ ਨੂੰ ਗੁੰਮਰਾਹ ਕਰਕੇ, ਅਤੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਗਰੇਵਾਲ ਸਾਹਿਬ ਬੈਠੇ ਆ, ਮੈਂ ਇਹਨਾਂ ਦੀ ਸੋਚ ਮੈਂ ਇਹਨਾਂ ਦੀ ਪੜ੍ਹੀ ਆ, ਅਸੀਂ ਇੱਕ ਘੰਟਾ ਗੱਲਾਂ ਕੀਤੀਆਂ ਨੇ, ਜਿਹੜੇ ਗਰੇਵਾਲ ਸਾਹਿਬ ਨੇ ਆਹ ਵੀ ਕਿਸਾਨਾਂ ਦੇ ਬਹੁਤ ਯਾਨੀ ਇਹਨਾਂ ਨੂੰ ਤਕਲੀਫਾਂ ਹੁੰਦੀਆਂ ਨੇ, ਜੋ ਕਿਸਾਨ ਦੁਖੀ ਹੁੰਦੇ ਆ ਵਾ, ਕਈ ਵਾਰ ਨਾ ਕੋਈ ਗੱਲ ਸਮਝਣ ਦੇ ਵਿੱਚ ਜਿਹੜੇ ਆ ਜਥੇਬੰਦੀ ਜਿਹੜੇ ਲੀਡਰ ਜੇ ਆ ਨਾ, ਆਹ ਚੰਗੀ ਗੱਲ ਦੱਸਦੇ ਨਹੀਂ। ਜੇ ਕਿਸਾਨ ਪੈਰਾਂ 'ਤੇ ਖੜਿਆ ਹੋ ਗਿਆ, ਜਥੇਬੰਦੀ ਦੇ ਜਿਹੜੇ ਵੱਡੇ ਲੀਡਰ ਨੇ ਕਿਹਾ, ਉਹਨਾਂ ਦੇ ਪੈਰ ਯਾਨੀ ਕਹਿਣ ਦਾ ਭਾਵ ਉਹਨਾਂ ਦੇ ਹੱਥ ਕੁਛ ਨਹੀਂ ਆ। ਅੱਜ ਤਾਂ ਗਰੇਵਾਲ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਕਿਸਾਨਾਂ ਦਾ ਅੰਨ ਖਾਂਦੇ, ਇਹਨਾਂ ਦੀ ਬੜੀ ਵਧੀਆ ਸੋਚ ਕਿਸਾਨਾਂ ਦੇ, ਪਰ ਆਹ ਸੰਭਵ ਫਿਰ ਹੋ ਸਕਦਾ ਵਾ ਜਦੋਂ ਸਾਡੀ ਸਰਕਾਰ ਇੱਥੇ ਆਊਗੀ। ਅਸੀਂ ਜਿੰਨੇ ਵੀ ਅਸੀਂ ਪੈਸੇ ਇੱਕ ਦੇ ਰਹੇ ਹਾਂ, ਮੈਨੂੰ ਦੱਸਿਆ ਇਹਨਾਂ ਨੇ ਕਾਫੀ ਸਿਲਾਈ ਬਾਰੇ ਵੀ ਦੱਸਿਆ ਵਾ ਕਿ ਇੱਥੇ ਪੈਸੇ ਆ ਰਹੇ ਆ, ਇੱਥੇ ਬੱਚਿਆਂ ਨੂੰ ਅਸੀਂ ਸਿਖਾ ਰਹੇ ਹਾਂ, ਪਰ ਜਿੰਨੇ ਵੀ ਪੈਸੇ ਆਉਂਦੇ ਨੇ ਆਹ ਭਗਵੰਤ ਮਾਨ ਜੀ ਕਾਲਾ ਮਾਲਾ ਕਰੀ ਜਾਂਦਾ ਵਾ, ਪਤਾ ਨਹੀਂ ਲੱਗਦਾ ਕਿੱਥੇ ਜਾਈ ਜਾਵੇ ਜੀ। ਕਿਦਾਂ ਭਗਵੰਤ ਮਾਨ ਨੇ ਤਾਂ ਜੀ ਬੇੜਾ ਕਰਕੇ ਕਰਤਾ ਜੀ ਸਾਡੇ ਪੰਜਾਬ ਦਾ, ਖਰਾ ਇਹਦੇ ਨਾਲ ਪਤਾ ਲੱਗਦਾ ਰੋਜ਼ ਇੱਥੇ ਵਿਧਾਨ ਸਭਾ ਦੇ ਵਿੱਚ ਆਪਣੀ ਗੱਲਬਾਤ ਹੁੰਦੀ ਆ ਵੀ NOC ਲਾਗੂ ਕਰਤੀਆਂ ਨੇ, ਕਿਹੜਾ ਹੁਣ NOC ਦੀ ਲੋੜ ਨਹੀਂ ਆ, ਉੱਥੇ ਤਹਿਸੀਲਦਾਰ ਕੋਲ ਜਾਂਦੇ ਆ NOC ਦੀ ਲੋੜ ਪੈਂਦੀ ਆ, ਇਹਨਾਂ ਕੋਲ ਕੰਮ ਚੱਲ ਨਹੀਂ ਰਿਹਾ ਜੀ, ਕਿਹਨਾਂ ਇਹਨਾਂ ਕੋਲ ਤਜਰਬੇਕਾਰ ਬੰਦੇ ਹੈ ਨੀ, ਕਿਹੜਾ ਉਹ ਨਵੇਂ ਨਵੇਂ ਬੰਦੇ ਸੀਗੇ। ਹਾਂਜੀ ਸ਼ਾਮਲ ਤਾਂ ਜੀ ਜਦੋਂ ਟੀਟੂ ਬਾਣੀਆਂ ਤੇ ਗਰੇਵਾਲ ਸਾਹਿਬ ਆ ਜਾਣ ਤਾਂ ਪੂਰਾ ਪੰਜਾਬ ਹੀ ਸ਼ਾਮਲ ਹੋ ਗਿਆ, ਪੂਰਾ ਹਲਕਾ ਦਾਖਾ ਵਗ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਜਗਰਾਉਂ ਦੇ ਵਿੱਚ ਵੀ MLA BJP ਦਾ ਹੋਊਗਾ, ਹਲਕੇ ਦਾਖੇ ਦੇ ਵਿੱਚ ਵੀ MLA BJP ਦਾ ਹੋਊਗਾ, ਅਤੇ ਇੱਥੇ ਮੇਅਰ ਵੀ ਬਣਾਵਾਂਗੇ। ਅਸੀਂ ਉਹ ਕੰਮ ਨਹੀਂ ਕਰਦੇ ਵੀ ਟੀਟੂ ਬਾਣੀ ਨੂੰ ਅਹੁਦਾ ਨਹੀਂ ਮਿਲਿਆ, ਜਿਵੇਂ ਬੈਂਸਾਂ ਦੀ ਗੱਲ ਕਰ ਲਓ, ਪਹਿਲਾਂ ਕਹਿੰਦੇ ਸੀ ਲੁਧਿਆਣਾ ਦਾ ਮੇਅਰ ਬਣਾਵਾਂਗੇ ਜੀ, ਕਿਹੜਾ ਕਹਿੰਦੇ ਸੀ ਨਾ, ਫਿਰ ਇੱਥੇ ਜਲੰਧਰ ਵੀ ਕਰਕੇ ਆਏ ਆ, ਟਿਕਟ ਨਹੀਂ ਮਿਲੀ ਤਾਂ ਕਹਿੰਦੇ ਕਾਰਸ ਬਣੀ ਹੋ ਗਏ, ਸਾਡਾ ਉਹ ਨਹੀਂ, ਅਸੀਂ ਇੱਥੇ ਅਹੁਦੇ ਲੈਣ ਨਹੀਂ ਆਏ, ਮਰਨਾ ਕਿਸੇ ਨੇ ਸੱਚਾ, ਹਾਂ ਸੱਚ ਬੋਲ ਬੋਲ ਕੇ ਮਰਾਂਗੇ, ਜਿੱਦਣ ਵੀ ਮਰੇ ਅਸੀਂ ਸੱਚ ਬੋਲ ਕੇ ਮਰਾਂਗੇ, ਕਿਉਂਕਿ ਗਰੇਵਾਲ ਸਾਹਿਬ ਵੀ ਸੱਚ ਹੀ ਜ਼ਿਆਦਾ ਬੋਲਦੇ ਆ, ਅਤੇ ਮੈਂ ਵੀ ਮਗਰ ਮਗਰ ਲੱਗ ਕੇ ਇਹਨਾਂ ਦੇ ਵਿੱਚ ਸੱਚ ਬੋਲ ਜਾਂਦਾ ਕਈ ਵਾਰੀ, ਕਿਹੜਾ ਸੱਚ ਅਤੇ ਕੱਚ ਚੁੱਭਦਾ ਬਹੁਤ ਆ ਅਤੇ ਚੁੱਭੂਗਾ ਵੀ, ਕਿਹੜਾ ਅਤੇ ਮੈਂ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਅਸੀਂ ਸਾਰੀ BJP ਤੁਹਾਡੇ ਨਾਲ ਆ, ਅਤੇ ਕੋਈ ਵੀ ਦੁੱਖ ਸੁੱਖ ਅਸੀਂ ਤੁਹਾਡੇ ਨਾਲ ਆ, ਪਰ ਇਹਨਾਂ ਤੋਂ ਬਚੋ ਜਿਹੜੇ ਤੁਹਾਨੂੰ ਗੁੰਮਰਾਹ ਕਰ ਰਹੇ। ਗਰੇਵਾਲ ਸਾਹਿਬ ਸ਼ਾਮਲ ਹੋਏ ਟੀਟੂ ਬਾਣੀਆਂ ਜੀ, ਕਿੰਨੇ ਸਾਥੀ ਹੋਏ?
ਪਹਿਲਾਂ ਤਾਂ ਆਪ ਸਭ ਦਾ ਸਵਾਗਤ ਹੈ ਜੀ, ਤੁਸੀਂ ਸਮਾਂ ਕੱਢਿਆ। ਔਰ ਦੂਜੀ ਗੱਲ ਜਿਹੜੀ ਹੈ, ਅੱਜ ਜੈ ਪ੍ਰਕਾਸ਼ ਜੈਨ ਜੀ, ਟੀਟੂ ਬਾਣੀਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦੇ ਸਾਥੀ ਸਾਰੇ ਯੁੱਗ ਪੁਰਸ਼ ਦੀਨ ਦਿਆਲ ਉਪਾਧਿਆ ਜੀ ਦੀ ਸੋਚ 'ਤੇ ਪਹਿਰਾ ਦੇਣ ਲਈ ਸਾਡੇ ਨਾਲ ਜੁੜ ਬੈਠੇ। ਉਹਦੇ 'ਚ ਉਹਨਾਂ ਦਾ ਮੈਂ ਸਾਰਿਆਂ ਦਾ ਸਵਾਗਤ ਕਰਦਾ। ਯੁੱਗ ਪੁਰਸ਼ ਦੀਨ ਦਿਆਲ ਉਪਾਧਿਆ ਜੀ ਨੇ ਸਾਨੂੰ ਏਕਾਤਮ ਮਾਨਵ ਦਰਸ਼ਨ ਦੀ ਸੋਚ ਦਿੱਤੀ ਹੈ, ਜਿਹੜੀ ਬੀਜੇਪੀ ਲੈ ਕੇ ਚੱਲਦੀ ਹੈ। ਉਹ ਕੀ ਆ ਕਿ ਜਿਹੜਾ ਆਖਰੀ ਵਿਅਕਤੀ ਆ, ਜਦੋਂ ਤੱਕ ਜਿਹਦੇ ਸਿਰ 'ਤੇ ਛੱਤ ਨਹੀਂ, ਜਿਹਦੇ ਤਨ ਨੂੰ ਕੱਪੜਾ ਨਹੀਂ, ਜਿਹਦੇ ਪੇਟ ਨੂੰ ਰੋਟੀ, ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ, ਉਦੋਂ ਤੱਕ ਦੇਸ਼ ਸਮਾਜ ਦਾ ਭਲਾ ਨਹੀਂ ਹੋ ਸਕਦਾ। ਉਸ ਸੋਚ ਨੂੰ ਲੈ ਕੇ ਅਸੀਂ ਸਾਰੇ ਚੱਲਦੇ ਹਾਂ। ਸਾਡੇ 'ਚ ਨਾ ਕੋਈ ਬੜਾ ਨਾ ਕੋਈ ਛੋਟਾ, ਇਹ ਭਾਜਪਾ ਦੀ ਸੋਚ ਆ ਔਰ ਇਸ 'ਤੇ ਹੀ ਪਹਿਰਾ ਦਿੰਦੇ ਹਾਂ ਅਸੀਂ ਪੂਰੇ ਦੇਸ਼ 'ਚ, ਔਰ ਉਸੇ ਲਈ ਕੋਸ਼ਿਸ਼ ਕਰ ਰਹੇ ਹਾਂ। ਇਸੇ ਲਈ ਮੋਦੀ ਜੀ 80 ਕਰੋੜ ਲੋਕਾਂ ਨੂੰ ਦੇਸ਼ 'ਚ ਢਿੱਡ ਭਰਨ ਲਈ ਅਨਾਜ ਜਿਹੜਾ ਉਹਨਾਂ ਦੀ ਸਰਕਾਰ ਸਾਡੀ ਦੇ ਰਹੀ ਆ, ਔਰ ਉਹ ਮਿਲ ਵੀ ਰਿਹਾ। ਕਈ ਜਗ੍ਹਾ ਉਹ ਅਲੱਗ ਗੱਲ ਆ ਕਿ ਸਟੇਟ ਗਵਰਨਮੈਂਟ ਦੇ ਥਰੂ ਜਾਣਾ ਹੁੰਦਾ, ਕਿਤੇ ਕੋਈ ਕਮੀਆਂ ਰਹਿ ਜਾਂਦੀਆਂ ਨੇ, ਉਹ ਕਮੀਆਂ ਵੀ ਜਦੋਂ ਪਤਾ ਲੱਗਦੀਆਂ ਉਹ ਵੀ ਦੂਰ ਕਰਾਂਗੇ। ਬਾਕੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਵੀ ਜਗ੍ਹਾ ਜਗ੍ਹਾ ਸਾਡੀ ਮੈਂਬਰਸ਼ਿਪ ਵੀ ਚੱਲ ਰਹੀ ਹੈ ਔਰ ਲੋਕਾਂ ਦੇ ਨਾਲ ਅਸੀਂ ਸੰਪਰਕ ਕਰ ਰਹੇ ਹਾਂ। ਮੈਂ ਸਮਝਦਾ ਟੀਟੂ ਜੀ ਇਹ ਸਾਰੇ ਕੰਮ ਦੇ ਵਿੱਚ ਇਹਨਾਂ ਦੇ ਸਾਰੇ ਸਾਥੀ ਅੱਗੇ ਯੋਗਦਾਨ ਪਾਉਣਗੇ ਔਰ ਲੋਕਾਂ ਦੀ ਸੇਵਾ 'ਚ ਹਮੇਸ਼ਾ ਖੜੇ ਰਹਿਣਗੇ। ਮੈਂ ਇਹਨਾਂ ਦਾ ਸਵਾਗਤ ਕਰਦਾ। ਠੀਕ ਹੈ ਜੀ, ਹੋਰ ਕੋਈ ਪੁੱਛਣਾ? ਇਸ ਤੋਂ ਇਲਾਵਾ ਗੱਲ ਕਰੀਏ, ਹਰਿਆਣਾ ਦੇ ਵਿੱਚ ਇਲੈਕਸ਼ਨ ਹੈ, ਜਿਵੇਂ ਦੇਖਦੇ ਹੋ ਕਾਂਗਰਸ ਨੇ ਆਪਣੀ ਰਣਨੀਤੀ ਦਾ ਜ਼ਿਕਰ ਕੀਤਾ, ਭਾਜਪਾ ਆਪਣੀ ਰਣਨੀਤੀ ਦਾ ਜ਼ਿਕਰ ਕਰ ਰਹੀ ਹੈ, ਤਾਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਰਸਤਾ ਹੈਗਾ ਉਹਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਉੱਠੇ। ਦੇਖੋ, ਪਹਿਲੀ ਗੱਲ ਤਾਂ ਰਸਤਾ ਬੰਦ ਨਹੀਂ ਕੀਤਾ ਹੋਇਆ, ਪਹਿਲੀ ਗੱਲ ਇਹ ਸਮਝ ਲਓ। ਜਿਹੜੀ ਇਹ ਗੱਲ ਬੋਲਦੇ ਆ ਨਾ ਲੋਕ, ਇਹ ਝੂਠ ਬੋਲਦੇ ਆ, ਭਾਜਪਾ 'ਤੇ ਇਲਜ਼ਾਮ ਲਾਉਂਦੇ ਆ, ਸਿਰਫ ਟਰਾਲੀਆਂ ਜਿਹੜੀਆਂ ਨੇ, ਜਿਹੜੇ ਘਰ ਬਣੇ ਹੋਏ ਆ, ਉਹਨਾਂ ਨੂੰ ਲਿਜਾ ਕੇ, ਦਿੱਲੀ ਸਾਡੀ ਰਾਜਧਾਨੀ ਆ, ਉਹਦੇ 'ਚ ਬੈਠਣੀ ਉਸ ਦੀ ਮਨਾਹੀ ਆ। ਬਾਕੀ ਤਾਂ ਬੱਸਾਂ 'ਤੇ, ਕਾਰਾਂ 'ਤੇ, ਹੋਰ ਵਹੀਕਲਸ 'ਤੇ, ਸਾਰਿਆਂ 'ਤੇ ਜਾ ਸਕਦੇ ਆ, ਆ ਸਕਦੇ ਆ, ਖੁੱਲ੍ਹਾ ਇਹਨਾਂ ਨੂੰ। ਔਰ ਇਹ ਰੈਲੀ ਕਰਕੇ ਵੀ ਆਏ ਆ, ਉਸ ਤੋਂ ਬਾਅਦ ਜੇ ਕੋਈ ਗੱਲ ਕਹਿੰਦਾ ਉਹ ਝੂਠ ਕਹਿੰਦਾ। ਪਹਿਲੀ ਗੱਲ ਇਹ ਆ, ਇਹ ਰਸਤਾ ਨਹੀਂ, ਇਹ ਰਸਤਾ ਤਾਂ ਜਾਣ ਬੁੱਝ ਕੇ ਇਹਨਾਂ ਨੇ ਇਸ ਤਰ੍ਹਾਂ ਕਰਕੇ ਇੱਥੇ ਹੀ ਬੈਠੇ ਹੋਏ ਆ। ਔਰ ਬੁੱਢਾ ਜੀ ਆਪਣੇ ਹਿਸਾਬ ਨਾਲ ਬਿਆਨ ਦਿੰਦੇ ਆ। ਪੋਲੀਟੀਸ਼ੀਅਨ ਜਿਹੜੇ ਆ, ਇਸ ਪਰਿਸਥਿਤੀ ਦਾ ਨਿਰਮਾਣ ਕਰਨ 'ਚ, ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਔਰ ਇਹਨਾਂ ਨੂੰ ਗੁੰਮਰਾਹ ਕਰਨ 'ਚ ਕਿਸਾਨਾਂ ਨੂੰ, ਉਹਨਾਂ ਦਾ ਹੱਥ ਆ। ਭਾਜਪਾ ਜਿਹੜੀ ਆ, ਮੈਂ ਤੁਹਾਨੂੰ ਇੱਕ ਅੱਜ ਹੋਰ ਚੀਜ਼ ਸੂਚਨਾ ਦੇ ਦਿੰਦਾ, ਬਹੁਤ ਜਲਦੀ ਵਿਚਾਰ ਚੱਲ ਰਿਹਾ। ਅੱਜ ਤੋਂ 3 ਦਿਨ ਪਹਿਲਾਂ ਸਾਡੇ ਖੇਤੀ ਮੰਤਰੀ ਜਿਹੜੇ ਨੇ ਭਾਰਤ ਸਰਕਾਰ ਦੇ, ਮਾਨਯ ਸ਼ਿਵਰਾਜ ਸਿੰਘ ਚੌਹਾਨ ਜੀ, ਪਹਿਲਾਂ ਮੁੱਖ ਮੰਤਰੀ ਰਹੇ ਮੱਧ ਪ੍ਰਦੇਸ਼ ਦੇ, ਉਹਨਾਂ ਦੀ ਮੀਟਿੰਗ ਹੋਈ ਹੈ 50 ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖਾਂ ਨਾਲ, ਲੀਡਰਾਂ ਨਾਲ। ਇਸੇ ਤਰ੍ਹਾਂ ਦੇਸ਼ ਦੇ ਅੰਦਰ 800 ਦੇ ਕਰੀਬ ਜਥੇਬੰਦੀਆਂ ਨੇ ਕਿਸਾਨਾਂ ਦੀਆਂ, ਉਹਨਾਂ ਨਾਲ ਵੀ ਮੀਟਿੰਗਾਂ ਕਰਕੇ, ਕਿਉਂਕਿ ਖੇਤੀ ਜਿਹੜੀ ਹੈ ਨਾ, ਉਹ ਜਿਹੜਾ ਜਿਹੜੀ ਇਹ ਗੱਲ ਕਰਦੇ ਆ, ਇਹ ਗਲਤ ਕਰਦੇ ਆ। ਇਹ ਕਿਸੇ ਜਗ੍ਹਾ ਨਾਰੀਅਲ ਦੀ ਖੇਤੀ ਹੁੰਦੀ ਆ, ਕਿਸੇ ਜਗ੍ਹਾ ਕਾਜੂ ਦੀ ਹੁੰਦੀ ਆ, ਕਿਸੇ ਜਗ੍ਹਾ ਬਦਾਮ ਦੀ ਹੁੰਦੀ ਆ, ਕਿਸੇ ਜਗ੍ਹਾ ਝੋਨਾ ਹੁੰਦਾ, ਕਿਸੇ ਜਗ੍ਹਾ ਕਣਕ ਹੁੰਦੀ ਆ, ਇਹ ਸਭ ਅਲੱਗ ਅਲੱਗ ਨੇ। ਬਈ ਸੁਣ ਲਓ ਧਿਆਨ ਨਾਲ, ਇਹ ਅਲੱਗ ਅਲੱਗ ਖੇਤੀ ਦੇ ਤਰੀਕੇ ਨੇ ਔਰ ਹਰ 100 ਕਿਲੋਮੀਟਰ ਦੇ ਬਾਅਦ ਜ਼ਮੀਨ ਦੀ ਨੇਚਰ ਬਦਲ ਜਾਂਦੀ ਆ, ਪਾਣੀ ਦਾ ਲੈਵਲ ਬਦਲ ਜਾਂਦਾ ਔਰ ਬਾਕੀ ਹੋਰ ਵੀ ਚੀਜ਼ਾਂ ਦੀ ਜ਼ਰੂਰਤ ਅਲੱਗ ਅਲੱਗ ਹੁੰਦੀ ਆ। ਇੱਕ ਜਗ੍ਹਾ ਪੂਰੀ ਇੱਕ ਮੁਸ਼ਤ, ਇਸੇ ਕਰਕੇ ਜਿਹੜੀ ਖੇਤੀ ਨੀਤੀ ਬਣਾਉਣ ਦਾ ਕੰਮ ਆ ਜਾਂ ਖੇਤੀ ਦਾ ਜਿਹੜਾ ਸਬਜੈਕਟ ਆ, ਉਹ ਸਟੇਟ ਸਬਜੈਕਟ ਇਸੇ ਕਰਕੇ ਆ ਕਿ ਹਰ ਸਟੇਟ ਆਪਣੇ ਮੁਤਾਬਕ ਉਹਦੀ ਗੱਲਬਾਤ ਕਰੇ, ਉਸ ਨਾਲ ਉਹ ਖੇਤੀ ਨੀਤੀ ਦਾ ਨਿਰਮਾਣ ਕਰੇ।
ਪਰ ਹੁਣ ਜਦੋਂ ਸਟੇਟ ਗਵਰਨਮੈਂਟ ਆਪਣਾ ਜਿਹੜਾ ਦੇਖੋ ਮੈਂ ਅੱਜ ਕਹਿਣਾ ਹਰਿਆਣੇ ਦੇ ਲੋਕ ਦੇਖ ਲੈਣ ਤੁਹਾਡੇ ਮਾਧਿਅਮ ਨਾਲ ਕਹਿ ਰਹੇ ਹਾਂ ਪੰਜਾਬ ਦੇ ਅੰਦਰ ਸਰਕਾਰ ਆਮ ਆਦਮੀ ਪਾਰਟੀ ਦੀ ਹਰਿਆਣੇ 'ਚ ਅਸੀਂ ਕਿੰਨੀਆਂ ਸੁਵਿਧਾਵਾਂ ਦਿੱਤੀਆਂ ਨੇ ਉਸ ਦੀ ਪ੍ਰਸ਼ੰਸਾ ਨਹੀਂ ਕੋਈ ਕਰਦਾ ਨਿੰਦਾ ਕਰਨ ਲੱਗੇ ਹੋਏ ਬੀਜੇਪੀ ਵਿਰੋਧੀ ਹੈ ਬੀਜੇਪੀ ਵਿਰੋਧੀ ਨਹੀਂ ਹੈ ਬੀਜੇਪੀ ਨੇ ਉੱਥੇ 23 ਫਸਲਾਂ 'ਤੇ MSP ਦੇ ਰੱਖੀ ਹੈ ਠੀਕ ਹੈ ਔਰ ਬੀਜੇਪੀ ਨੇ ਉੱਥੇ ਆ ਆਲੂ ਅਤੇ ਆ ਜਿੰਨੀਆਂ ਹੋਰ ਸਬਜ਼ੀਆਂ ਨੇ ਇੱਥੇ ਰੁੜਦੀਆਂ ਨੇ ਟਮਾਟਰ ਰੁੜਨ ਲੱਗ ਜਾਂਦੇ ਆ ਸੜਕਾਂ 'ਤੇ ਔਰ ਲਿਜਾਣ ਤੱਕ ਦਾ ਕਿਸਾਨ ਕੋਲ ਪੈਸਾ ਨਹੀਂ ਹੁੰਦਾ ਜਿਹੜੀ ਭਰਪਾਈ ਯੋਜਨਾ ਕੀਮਤ ਦੀ ਉਹ ਬੀਜੇਪੀ ਨੇ ਕੇਂਦਰ ਨੇ ਲਾਗੂ ਕੀਤੀ ਹੋਈ ਆ ਉਹ ਪੈਸਾ ਉਹਨਾਂ ਨੂੰ ਦਿੰਦੇ ਆ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਜਦੋਂ ਕੇਂਦਰ ਪੈਸਾ ਦਿੰਦਾ ਇਹ ਨਹੀਂ ਆਪਦੀ ਗੱਲ ਕਰਦੇ ਇਸ ਕਰਕੇ ਕਿਸਾਨ ਨੂੰ ਮੈਂ ਕਹਿੰਦਾ ਕਿ ਆਪਣਾ ਭਲਾ ਬੁਰਾ ਪਛਾਣੋ ਅਸੀਂ ਤੁਹਾਡੇ ਨਾਲ ਹਾਂ ਮੋਦੀ ਜੀ ਕਿਸਾਨ ਹਿੱਤੂ ਪ੍ਰਧਾਨ ਮੰਤਰੀ ਆ ਮੈਨੂੰ ਇੱਕੋ ਹੀ ਗੱਲ 'ਤੇ ਤਾਂ ਮੇਰੇ ਨਾਲ ਔਖੇ ਹੁੰਦੇ ਸੀ ਕਿ ਬਈ ਮੈਂ ਇਹੀ ਕਹਿੰਦਾ ਸੀ ਸਾਡਾ ਪ੍ਰਧਾਨ ਮੰਤਰੀ ਕਿਸਾਨ ਹਿੱਤੂ ਆ ਸਾਡੇ ਕਾਨੂੰਨ ਚੰਗੇ ਆ ਔਰ ਸਾਡੀ ਜਿਹੜੀ ਆ ਖੇਤੀ ਦਾ ਕਿਸਾਨਾਂ ਦੇ ਲਈ ਭਲਾ ਜਿਹੜਾ ਅਸੀਂ ਕਰਦੇ ਹਾਂ ਉਹ ਸਾਡੇ ਦੂਜਿਆਂ ਨਾਲੋਂ ਬਿਹਤਰ ਆ ਤਾਂ ਉਹਨਾਂ ਨੇ ਕਿਹਾ ਆ ਕਾਨੂੰਨਾਂ ਦਾ ਐਵੇਂ ਹੀ ਝਗੜਾ ਪਾ ਲੈਂਦੇ ਆ ਜਦੋਂ ਇੱਕ ਵਾਰ ਹੱਥ ਜੋੜ ਕੇ ਵੀ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਸਾਡੇ ਪ੍ਰਧਾਨ ਮੰਤਰੀ ਜੀ ਨੇ ਵਾਪਸ ਲੈ ਲਏ ਲੋਕਾਂ ਨੂੰ ਗਲਤ ਫਹਿਮੀ ਪਾਉਣ ਲਈ ਇਹ ਕਾਨੂੰਨ ਲਾਗੂ ਕਰਨਗੇ ਇਹਨੇ ਬਿਆਨ ਦਿੱਤਾ ਉਹਨੇ ਦਿੱਤਾ ਬਿਲਕੁਲ ਲਾਗੂ ਨਹੀਂ ਹੋਣਾ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਪਿੰਡਾਂ ਦੇ ਵਿੱਚ ਭਾਜਪਾ ਕਿਸ ਤਰੀਕੇ ਦੇ ਨਾਲ ਸਰਵਾਈ ਕਰੂ ਕਿਸ ਤਰੀਕੇ ਨਾਲ ਦੇਖੀ ਦੇਖੋ ਪਹਿਲੀ ਗੱਲ ਤਾਂ ਇਹ ਸਿੰਬਲ ਤੇ ਨਹੀਂ ਹੋ ਰਹੀਆਂ ਚੋਣਾਂ ਚੰਗੀ ਗੱਲ ਆ ਅਸੀਂ ਵੀ ਇਹ ਸਕਦੇ ਹਾਂ ਪਰ ਸਾਡੀ ਪ੍ਰੈਜ਼ੈਂਸ ਸਭ ਜਗ੍ਹਾ ਹੈਗੀ ਆ ਸਾਡੇ ਲੋਕ ਤਿਆਰੀ ਕਰ ਰਹੇ ਆ ਔਰ ਲੋਕਾਂ ਦੀ ਸੇਵਾ ਕਰਨਗੇ ਉੱਥੇ ਕਿਉਂਕਿ ਮਹਾਤਮਾ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਭਾਰਤ ਪਿੰਡਾਂ ਦਾ ਦੇਸ਼ ਆ ਇਹਦੀ ਤਰੱਕੀ ਦਾ ਆਧਾਰ ਇਹਦੇ ਵਿਕਾਸ ਦਾ ਆਧਾਰ ਪਿੰਡਾਂ ਤੋਂ ਹੀ ਬਣਦਾ ਤਾਂ ਪਿੰਡਾਂ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਸੇਵਾ ਕਰਨ ਦੀ ਪੰਚਾਇਤਾਂ ਤੇ ਉਹ ਪੰਚਾਇਤਾਂ 'ਚ ਅਸੀਂ ਪਾਰਟੀਸਪੇਟ ਨਹੀਂ ਕਰਾਂਗੇ ਤਾਂ ਅਸੀਂ ਪਿੰਡਾਂ ਦੇ ਭਲੇ 'ਚ ਯੋਗਦਾਨ ਕਿੱਦਾਂ ਪਾਵਾਂਗੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਕਿ ਮਿਲ ਕੇ ਆਮ ਸਹਿਮਤੀ ਨਾਲ ਪੰਚਾਇਤਾਂ ਬਣਾਓ ਔਰ ਮਿਲ ਕੇ ਵਿਕਾਸ ਦੇ ਕੰਮ ਕਰੋ ਦੇਸ਼ ਸਾਰਿਆਂ ਦਾ ਹੀ ਹੈ ਜੇ ਸੜਕ ਬਣੇਗੀ ਇੱਕ ਸੜਕ ਦਾ ਨਿਰਮਾਣ ਹੋ ਗਿਆ ਉਹ ਇਹ ਪੁੱਛਦੀ ਹੈ ਕਿਸੇ ਨੂੰ ਤੇਰੀ ਕਿਹੜੀ ਜਾਤੀ ਆ ਕਿਹੜਾ ਤੇਰਾ ਵਰਗ ਆ ਕਿਹੜਾ ਤੇਰਾ ਧਰਮ ਤੂੰ ਅਮੀਰ ਆ ਜਾਂ ਗਰੀਬ ਆ ਉਹ ਸਾਰਿਆਂ ਲਈ ਹੁੰਦੀ ਹੈ ਇਸੇ ਤਰ੍ਹਾਂ ਮੋਦੀ ਜੀ ਨੇ ਇਸੇ ਕਰਕੇ ਕਿਹਾ ਸਭ ਕਾ ਸਾਥ ਸਭ ਕਾ ਵਿਕਾਸ ਸਭ ਕਾ ਵਿਸ਼ਵਾਸ ਸਭ ਕਾ ਪ੍ਰਯਾਸ ਅਸੀਂ ਉਸ ਮੁਤਾਬਕ ਕੰਮ ਕਰਦੇ ਹਾਂ ਔਰ ਉਹੀ ਸਾਡੀ ਨੀਤੀ ਰਹਿਣੀ ਹੈ ਅਸੀਂ ਕਿਸੇ ਨਾਲ ਵੀ ਭੇਦਭਾਵ ਨਹੀਂ ਕਰਦੇ ਨੋ ਡਿਸਕ੍ਰਿਮੀਨੇਸ਼ਨ ਠੀਕ ਹੈ ਰਵਨੀਤ ਬਿੱਟੂ ਨੂੰ ਲੈ ਕੇ ਸਵਾਲ ਹੈ ਲੁਧਿਆਣਾ ਸ਼ਹਿਰ ਮਹਿਸੂਸ ਕਰ ਰਿਹਾ ਹੈ ਕਿ ਰਵਨੀਤ ਬਿੱਟੂ ਲੁਧਿਆਣਾ ਨੂੰ ਛੱਡਣਾ ਛੱਡ ਗਈ ਦੇਖੋ ਇਹ ਤੁਸੀਂ ਬਿੱਟੂ ਜੀ ਤੋਂ ਪੁੱਛੋ ਤਾਂ ਚੰਗੀ ਗੱਲ ਆ ਉਹ ਮੋਦੀ ਜੀ ਨੇ ਔਰ ਅਮਿਤ ਸ਼ਾਹ ਜੀ ਨੇ ਔਰ ਸਾਡੀ ਪਾਰਟੀ ਨੇ ਮੰਤਰੀ ਬਣਾਏ ਨੇ ਸਾਡੇ ਮਾਨਯੋਗ ਮੰਤਰੀ ਨੇ ਮੈਂ ਕੋਈ ਕਮੈਂਟ ਨਹੀਂ ਕਰਨਾ ਉਹ ਤੁਹਾਡੇ ਲੁਧਿਆਣੇ ਦੇ ਆ ਤੁਸੀਂ ਇੱਥੇ ਪੁੱਛ ਸਕਦੇ ਮੈਂ ਉਸ ਵਿਸ਼ੇ ਤੋਂ ਮੇਰਾ ਵਿਸ਼ਾ ਨਹੀਂ ਹੈ ਠੀਕ ਹੈ ਨਾ ਗੱਲ ਅੱਜ ਦੀ ਆ ਬੜੀ ਖੁਸ਼ੀ ਦਾ ਕੰਮ ਆ ਕਿ ਨਵੇਂ ਲੋਕ ਸ਼ਾਮਲ ਹੋ ਰਹੇ ਆ ਔਰ ਉਹ ਆਪਦਾ ਅੱਛਾ ਕੰਮ ਕਰਨ ਮੈਂ ਉਹਨਾਂ ਦਾ ਸਵਾਗਤ ਕਰਾਂ ਤੇ ਮੈਂ ਉਸ ਵਿਸ਼ੇ ਤੇ ਬੋਲਾਂ ਤੇ ਜਦੋਂ ਜਦੋਂ ਕੋਈ ਮੌਕਾ ਮੈਨੂੰ ਆਊਗਾ ਨਾ ਉਦੋਂ ਮੈਂ ਬੋਲੂੰਗਾ ਜ਼ਰੂਰ ਗੱਲ ਕਰੂੰਗਾ ਠੀਕ ਹੈ ਅੱਜ ਦੇਖੋ ਬੜੀ ਖੁਸ਼ੀ ਦਾ ਦਿਹਾੜਾ ਜਦੋਂ ਆਦਰਣੀ ਹਰਜੀਤ ਸਿੰਘ ਦਰਿਆ ਜੀ ਦੀ ਰਹਿਨਮਾਈ ਚ ਮੇਜਰ ਸਿੰਘ ਦੈਤਵਾਲ ਜੀ ਦੀ ਪ੍ਰੇਰਨਾ ਦੇ ਨਾਲ ਜੈਪ੍ਰਕਾਸ਼ ਜੈਨ ਜੀ ਟੀਟੂ ਬਾਣੀਆ ਜੀ ਦੇ ਨਾਂ ਤੋਂ ਮਸ਼ਹੂਰ ਨੇ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਮੈਂ ਸਾਰਿਆਂ ਦਾ ਸਵਾਗਤ ਕਰਦਾ ਦੇਖੋ ਜਿਸ ਢੰਗ ਦੇ ਨਾਲ ਅੱਜ ਇੱਕ ਵਿਚਾਰਕ ਤੌਰ ਤੇ ਹਰ ਪੰਜਾਬੀ ਵਿਕਲਪ ਦੇ ਰੂਪ ਚ ਉਹਨੂੰ ਨਜ਼ਰ ਆ ਰਿਹਾ ਭਾਰਤੀ ਜਨਤਾ ਪਾਰਟੀ
ਜਿਸ ਢੰਗ ਦੇ ਨਾਲ ਪੰਜਾਬ ਦੇ ਨਾਲ ਧੱਕਾ ਹੋ ਰਿਹਾ, ਪੰਜਾਬ ਦੇ ਨਾਲ ਘਾਣ ਹੋ ਰਿਹਾ, ਹਰ ਖੇਤਰ ਦੇ ਵਿੱਚ ਪੰਜਾਬ ਪਿਛੜਦਾ ਜਾ ਰਿਹਾ, ਤਾਂ ਉਹਨਾਂ ਬਹੁਤ ਸਾਰੇ ਸਵਾਲ ਮੇਰੇ ਵੀਰ ਨੇ ਟਿੱਟੂ ਜੀ ਨੇ ਵੀ ਚੱਕੇ ਨਾ, ਬਈ ਕਿਸੇ ਦੀ ਨਜ਼ਰ ਨਹੀਂ ਉਹਨਾਂ ਦੇ ਉੱਤੇ ਜਾਂਦੀ, ਸਰਕਾਰ ਭੁੱਲ ਚੁੱਕੀ ਹੈ ਉਹਨਾਂ ਚੀਜ਼ਾਂ ਨੂੰ। ਸੋ ਅੱਜ ਇਹ ਭੁਗਤ ਕੌਣ ਰਿਹਾ? ਪੰਜਾਬ ਦੀ ਜਨਤਾ, ਔਰ ਪੰਜਾਬ ਦੀ ਜਨਤਾ, ਪੰਜਾਬ ਦੀ ਰਹਿਨੁਮਾਈ ਕਰਨ ਵਾਲੇ ਸਾਰੇ ਇਸ ਗੱਲ ਤੋਂ ਖਫਾ ਨੇ, ਔਰ ਉਹਨਾਂ ਨੂੰ ਵਿਕਲਪ ਦੇ ਰੂਪ ਚ ਮਾਨਯ ਨਰਿੰਦਰ ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਨਜ਼ਰ ਆ ਰਹੀ ਆ, ਔਰ ਅੱਜ ਦਾ ਇਹ ਜੁਆਇਨਿੰਗ ਵੀ ਇਸ ਗੱਲ ਨੂੰ ਦੱਸਿਆ। ਸੋ ਮੈਂ ਜਿਹਨਾਂ ਭਰਾਵਾਂ ਨੇ ਅੱਜ ਜੁਆਇਨ ਕੀਤਾ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ, ਉਹਨਾਂ ਨੂੰ ਬਹੁਤ ਬਹੁਤ ਜੀ ਆਇਆ।